ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ ਹਉ ਬਲਿਹਾਰੀ ਸਤਿਗੁਰ ਚਰਨਾ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜੀਵੈ ਪ੍ਰਭ ਨਾਮ ਜਿਤੇ ਰਹਿ ਹੋਵੈ ਸਿਫਤ ਖਸਮ ਦੇ ਨੂਰ ਅਰਸ਼ੋ ਕੁਰਸ਼ੋ ਝੱਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣਾ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆਂ ਸੋਹੀ ਐ ਸਭਨਾ ਦਾ ਵੇਸਾਹੋ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਹਸਤੀ ਸਿਰ ਜਿਉ ਅੰਕੁਸ਼ ਹੈ ਅਹਿਰਣ ਜਿਉ ਸਿਰ ਦੇ ਮਨ ਤਨ ਆਗੈ ਰਾਖ ਕੈ ਉਬੀ ਸੇਵ ਕਰੇ ਹਸਤੀ ਸਿਰ ਜਿਉ ਅੰਕਸ਼ ਹੈ ਅਹਿਰਣ ਜਿਉ ਸਿਰ ਦੇ ਮਨ ਤਨ ਆਗੈ ਰਾਖ ਕੈ ਉਬੀ ਸੇਵ ਕਰੇ ਇਉ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾਲੇ ਨਾਨਕ ਗੁਰਮੁਖ ਬੁਝੀਐ ਜਾ ਆਪੇ ਨਦਰ ਕਰੇ ਮਹਲਾ ਤੀਜਾ ਜਿਨ ਗੁਰਮੁਖ ਨਾਮ ਧਿਆਇਆ ਆਏ ਤੇ ਪ੍ਰਵਾਨ ਨਾਨਕ ਕੁਲ ਉਧਾਰ ਹੈ ਆਪਣਾ ਦਰਗਹ ਪਾਵੈ ਮਾਣ ਪੌੜੀ ਗੁਰਮੁਖ ਸਖੀਆਂ ਸਿੱਖ ਗੁਰੂ ਮੇਲਾਈਆ ਇੱਕ ਸੇਵਕ ਗੁਰੂ ਪਾਸ ਇੱਕ ਗੁਰ ਕਰੈ ਲਾਈਆ ਜਿਨਾ ਗੁਰ ਪਿਆਰਾ ਮਨ ਚਿਤ ਤਿਨਾ ਭਾਉ ਗੁਰੂ ਦੇਵਾਈਆ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ ਗੁਰ ਸਤਿਗੁਰ ਬੋਲੋ ਸਭ ਗੁਰ ਆਖ ਗੁਰੂ ਜੀਵਾਈਆ ਗੁਰ ਸਤਿਗੁਰ ਬੋਲੋ ਸਭ ਗੁਰ ਆਖ ਗੁਰੂ ਜੀਵਾਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਟਾਨ ਕੋਟ ਸ਼ੁਕਰ ਹੈ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਨੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਅਤੇ ਪਾਵਨ ਫੁਰਮਾਨ ਦੀ ਅਸੀਸ ਬਖਸ਼ੀ ਹੈ ਗੁਰੂ ਅਮਰਦਾਸ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਇਹ ਅੰਮ੍ਰਿਤ ਬਚਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 647 ਅਤੇ 648 ਦੇ ਉੱਤੇ ਅੰਕਿਤ ਹਨ। ਸੁਰਠ ਰਾਗ ਦੀ ਵਾਰ
जो सतगुरु गुरु अमरदास साहब जी ने बख्शिश की है। हजूर कह रहे ने कि साडा मन जिहड़ा है ना, बंदे दा मन है वो हाथी वर्गा है, भाव बहुत स्ट्रोंग है, बहुत विशाल है, बहुत पावरफुल है। हुण एक छोटा जिहा जानवर नूं काबू करना होवे किन्ना समां लग जांदा है। हाथी वर्गे जानवर नूं काबू करना कोई सौखी जी गल नहीं है। ते गुरु अमरदास साहब जी कह रहे ने कि साडे मन नूं असीं वस विच कर सकीए, कुछ उद्दम उपराले, कुछ सानू रस्ते दित्ते ने सतगुरु जी ने। तां सतगुरु बख्शिश कर रहे कहिंदे ने, हस्ती सिर ज्यों अंकश है। हुण जिहड़ा हाथी नूं चलाउण वाला महावत है ना, उहदे कोल इक कुंडा हुंदा तिखा लोहे दा। ਉਹ ਹਾਥੀ ਦੇ ਜਦੋਂ ਸਿਰ ਦੇ ਵਿੱਚ ਮਾਰਦੇ ਨਾ ਕੁੰਡਾ, ਤਾਂ ਉਦੋਂ ਹਾਥੀ ਵਸ ਵਿੱਚ ਆ ਜਾਂਦਾ ਹੈ, ਕੰਟਰੋਲ ਵਿੱਚ ਹੁੰਦਾ ਹੈ। ਦੂਸਰੀ ਉਦਾਹਰਣ ਦਿੱਤੀ ਹੈ, ਅਹਿਰਨ ਜਿਉਂ ਸਿਰ ਦੇ। ਅਹਿਰਨ ਕਹਿੰਦੇ ਨੇ ਆਪਾਂ ਪੰਜਾਬ ਤੋਂ ਜਦੋਂ ਆਏ ਹਾਂ ਤੇ ਜਿਹੜਾ ਤਰਖਾਣੀ ਕੰਮ ਹੁੰਦਾ ਸੀ, ਹਲਾਂ ਨੂੰ ਜਾਂ ਹੋਰ ਕੁਛ ਚੀਜ਼ਾਂ ਬਣਾਉਣੀਆਂ, ਹਲ ਤਿੱਖੇ ਕਰਨੇ, ਸੰਦ ਤਿੱਖੇ ਕਰਨੇ, ਤੇ ਉਹ ਇੱਕ ਲੋਹੇ ਦਾ ਬਹੁਤ ਵੱਡਾ ਇੱਕ ਪੀਸ ਹੁੰਦਾ ਸੀ, ਕਰੀਬ 20-25 ਕਿਲੋ ਦਾ, 40 ਕਿਲੋ ਦਾ। ਤੇ ਉਸ ਲੋਹੇ ਦੇ ਉੱਤੇ, ਪੀਸ ਦੇ ਉੱਤੇ ਰੱਖ ਕੇ ਉਹ ਤਰਖਾਣ, ਉਹ ਕਾਰੀਗਰ ਜਿਹੜਾ ਆਪਣਾ ਕੋਈ ਲੋਹਾ ਤਿੱਖਾ ਕਰਨਾ ਹੈ ਜਾਂ ਉਹਨੂੰ ਜਿਸ ਤਰ੍ਹਾਂ ਵੀ ਬਣਾਉਣਾ, ਮੋਲਡ ਕਰਨਾ ਹੈ, ਗਰਮ ਕਰਕੇ ਉਹਦੇ ਉੱਤੇ ਰੱਖ ਕੇ ਹਥੌੜੇ ਦੇ ਨਾਲ ਉਹ ਸੱਟ ਮਾਰਦਾ ਸੀ। ਉਸ ਪੀਸ ਨੂੰ ਕਹਿੰਦੇ ਨੇ ਅਹਿਰਨ। ਉਦਾਹਰਣ ਦਿੱਤੀ ਹੈ ਕਿ ਜਿਵੇਂ ਹਾਥੀ ਦੇ ਸਿਰ ਵਿੱਚ ਕੁੰਡਾ ਵੱਜਦਾ ਹੈ ਤੇ ਹਾਥੀ ਵਸ ਵਿੱਚ ਹੋ ਜਾਂਦਾ ਹੈ, ਆਇਰਨ ਉਹ ਲੋਹੇ ਦਾ ਜਿਹੜਾ ਪੀਸ ਹੈ ਉਹਦੇ ਉੱਤੇ ਪਤਾ ਨਹੀਂ ਕਿਤਨੀਆਂ ਸੱਟਾਂ ਹੈਮਰ ਦੇ ਨਾਲ, ਹਥੌੜੇ ਦੇ ਨਾਲ ਵੱਜਦੀਆਂ ਨੇ, ਗਰਮ ਲੋਹਾ ਵੀ ਉੱਤੇ ਪੈਂਦਾ ਹੈ, ਪਰ ਉਹ ਕਦੇ ਵੀ ਸਿਰ ਨਹੀਂ ਫੇਰਦਾ। ਅਹਿਰਨ ਜਿਉਂ ਸਿਰ ਦੇ। ਤਾਂ ਗੁਰੂ ਸਾਹਿਬ ਜੀ ਕਹਿ ਰਹੇ ਨੇ, ਸੱਜਣਾ ਫਿਰ ਇਉਂ ਕੰਮ ਕਰ, ਇਸੇ ਤਰ੍ਹਾਂ ਹੀ ਬਣ ਕੇ ਆ ਜਾ। ਮਨ ਤਨ ਆਗੈ ਰਾਖ ਕੈ ਉਬੀ ਸੇਵ ਕਰੇ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਹਸਤੀ ਸਿਰ ਜਿਉਂ ਅੰਕਸ ਹੈ, ਅਹਿਰਨ ਜਿਉਂ ਸਿਰ ਦੇ। ਦਾ ਐਲੀਫੈਂਟ ਆਫਰਸ ਇਟਸ ਹੈਡ ਟੂ ਦਾ ਰੀਨਸ ਐਂਡ ਦਾ ਐਨਵਿਲ ਆਫਰਸ ਇਟਸੈਲਫ ਟੂ ਦਾ ਹੈਮਰ। ਮਨ ਤਨ ਆਗੈ ਰਾਖ ਕੈ ਉਬੀ ਸੇਵ ਕਰੇ। ਜਿਵੇਂ ਹਾਥੀ ਦੇ ਸਿਰ ਤੇ ਕੁੰਡਾ ਹੈ ਨਾ, ਤੇ ਅਹਿਰਨ ਵਦਾਨ ਦੇ ਹੇਠਾਂ ਸਿਰ ਦੇ ਦਿੰਦੀ ਹੈ ਹਥੌੜੇ ਦੇ ਥੱਲੇ, ਉਸੇ ਤਰ੍ਹਾਂ ਮਨ ਤਨ ਆਗੈ ਰਾਖ ਕੈ ਉਬੀ ਸੇਵ ਕਰੇ। ਜਸਟ ਸੋ ਵੀ ਆਫਰ ਆਵਰ ਮਾਇੰਡਸ ਐਂਡ ਬਾਡੀਜ਼ ਟੂ ਆਵਰ ਗੁਰੂ, ਵੀ ਸਟੈਂਡ ਬਿਫੋਰ ਹਿਮ ਐਂਡ ਸਰਵ ਹਿਮ। ਤਿਵੇਂ ਸਰੀਰ ਤੇ ਮਨ ਨੂੰ ਗੁਰੂ ਨੂੰ ਭੇਟ ਕਰ ਦਈਏ, ਸਤਿਗੁਰੂ ਇਹ ਸਿਰ ਤੇਰਾ ਹੈ। ਗੁਰੂ ਅਮਰਦਾਸ ਸਾਹਿਬ ਜੀ ਨੇ ਦੇਖੋ 62 ਸਾਲ ਦੀ ਉਮਰ ਹੈ, ਬਜ਼ੁਰਗ ਨੇ। ਅੱਜ ਵੀ ਆਪਾਂ ਗੁਰੂ ਸਾਹਿਬ ਜੀ ਦਾ ਉਸ ਰੂਪ ਦੇਖਦੇ ਹਾਂ, ਬਜ਼ੁਰਗੀ ਦਾ ਸਰੂਪ ਹੈ ਔਰ ਕਾਫੀ ਹਾਈਟ ਹੈ ਸਤਿਗੁਰ ਜੀ ਦੇ ਸਰੂਪ ਦੀ। ਤਾਂ ਫਿਰ ਵੀ ਉਹ ਮੋਢੇ ਦੇ ਉੱਤੇ ਗਾਗਰ ਰੱਖ ਕੇ ਚੱਲ ਰਹੇ ਨੇ, ਜਲਦੀ ਸੇਵਾ ਕੀਤੀ ਹੈ ਇਤਿਹਾਸ। ਤਾਂ ਸਤਿਗੁਰੂ ਕਹਿੰਦੇ ਨੇ ਇਉਂ ਗੁਰੂ ਦੇ ਅੱਗੇ ਆਪਾਂ ਆਪ ਅਰਪ ਦਈਏ ਤੇ ਗੁਰੂ ਪ੍ਰਸੰਨ ਹੋ ਜਾਂਦਾ ਹੈ। ਮਨ ਤਨ ਆਗੈ ਰਾਖ ਕੈ ਉਬੀ ਸੇਵ ਕਰੇ। ਇਉਂ ਗੁਰਮੁਖ ਆਪ ਨਿਵਾਰੀਏ ਸਭ ਰਾਜ ਸ੍ਰਿਸ਼ਟ ਕਾ ਲੇ। ਫਿਰ ਇਸ ਤਰ੍ਹਾਂ ਗੁਰਮੁਖ ਬਣ ਕੇ ਆਪਣੇ ਮਨ ਦਾ ਅਹੰਕਾਰ ਦੂਰ ਕਰਕੇ ਗੁਰੂ ਸਾਹਿਬ ਜੀ ਕਹਿ ਰਹੇ ਨੇ, ਗੁਰਮੁਖ ਆਪ ਨਿਵਾਰੀਏ ਸਭ ਰਾਜ ਸ੍ਰਿਸ਼ਟ ਕਾ ਲੇ। ਰਾਜ ਤੋਂ ਭਾਵ ਹੈ ਕਿ ਸਾਰੇ ਪਾਸੇ ਸਤਿਕਾਰ ਮਿਲਦਾ ਹੈ, ਮਾਣ ਮਿਲਦਾ ਹੈ। ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ, ਦਿਸ ਇਜ਼ ਹਾਊ ਦਾ ਗੁਰਮੁਖ ਇਲੀਮੀਨੇਟ ਦੇਅਰ ਸੈਲਫ ਕੌਨਸੀਟ ਐਂਡ ਕਮ ਟੂ ਰੂਲ ਦਾ ਹੋਲ ਵਰਲਡ। ਕਮ ਟੂ ਰੂਲ ਹੋਲ ਵਰਲਡ।
ਇਹੋ ਗੁਰਮੁਖ ਆਪ ਨਿਵਾਰੀਏ ਸਭ ਰਾਜ ਸ੍ਰਿਸ਼ਟ ਕਾਲੇ, ਨਾਨਕ ਗੁਰਮੁਖ ਬੁੱਝੀਐ ਜਾਂ ਆਪੇ ਨਦਰ ਕਰੇ। ਸਤਿਗੁਰੂ ਜੀ ਕਹਿ ਰਹੇ ਹੇ ਨਾਨਕ, ਜਦੋਂ ਪਰਮਾਤਮਾ ਆਪ ਕਿਰਪਾ ਦੀ ਮਿਹਰ ਦੀ ਨਜ਼ਰ ਐਸੀ ਕਰ ਦਿੰਦਾ ਨਾ, ਗੁਰਮੁਖ ਬੁੱਝੀਐ ਜਾਂ ਆਪੇ ਨਦਰ ਕਰੇ, ਉਹਦੀ ਕਿਰਪਾ ਦੇ ਨਾਲ ਫਿਰ ਗਿਆਨ ਮਿਲ ਜਾਂਦਾ ਹੈ। ਦ ਗੁਰਮੁਖ ਅੰਡਰਸਟੈਂਡਸ ਵੈਨ ਦ ਲਾਰਡ ਕਾਸਟ ਹਿਜ ਗਲੈਂਸ ਆਫ ਗ੍ਰੇਸ। ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਮਹੱਲਾ ਤੀਜਾ, ਜਿਨ ਗੁਰਮੁਖ ਨਾਮ ਧਿਆਇਆ ਆਏ ਤੇ ਪ੍ਰਵਾਨ। ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਸੱਜਣਾ ਸਤਸੰਗੀਆਂ ਨੇ ਨਾਮ ਜਪਿਆ ਹੈ, ਸਤਸੰਗਤ ਕੀਤੀ ਹੈ, ਬਾਣੀ ਪੜ੍ਹੀ ਹੈ, ਬਾਣੀ ਸੁਣੀ ਹੈ, ਸੇਵਾ ਕੀਤੀ ਹੈ, ਤਾਂ ਸਤਿਗੁਰੂ ਕਹਿੰਦੇ ਦਰ ਅਸਲ ਉਹ ਹੀ ਪ੍ਰਵਾਨ ਨੇ ਪਰਮਾਤਮਾ ਦੇ ਦਰ ਦੇ ਉੱਤੇ। ਬਾਕੀ ਦੁਨੀਆਂ ਦੇ ਜੋ ਅਸੀਂ ਮਰਜ਼ੀ ਆਪਣੇ ਆਪ ਨੂੰ ਰੱਖ ਲਈਏ ਵੀ ਮੈਂ ਠੀਕ ਹਾਂ ਮੈਂ ਠੀਕ ਹਾਂ, ਗੁਰੂ ਦਾ ਇਨਸਾਫ ਇੱਥੇ ਆ ਰਿਹਾ। ਇੱਕ ਇਨਸਾਫ ਹੈ ਸਤਿਗੁਰੂ ਜੀ ਵੱਲੋਂ, ਜਿਨ ਗੁਰਮੁਖ ਨਾਮ ਤੇ ਆਇਆ ਆਏ ਤੇ ਪ੍ਰਵਾਨ। ਬਲੈਸਡ ਐਂਡ ਅਪਰੂਵਡ ਔਰ ਇਜ ਦਾ ਕਮਿੰਗ ਇਨ ਟੂ ਦਾ ਵਰਲਡ ਆਫ ਦੋਜ ਗੁਰਮੁਖਸ, ਦੋਜ ਡਿਵੋਟੀਸ, ਦੋਜ ਹਿਊਮਨਸ who meditate on the name of the Lord, name of the God, name of Guru Sahib, Simran Vaheguru, 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 aaye te parwan, unna da sansar te janm leke auna safal ho janda, nanak kul udhare apna, dekho kaisi bakhshish hundi hai, oh apne parivar nu ਚੰਗੇ ਰਸਤੇ 'ਤੇ ਲੈ ਜਾਂਦੇ। ਨਾਨਕ ਕੁੱਲ ਉਧਾਰ ਹੈ ਆਪਣਾ, ਦਰਗਹਿ ਪਾਵੇ ਮਾਣ, ਆਪਣੀਆਂ ਕੁੱਲਾਂ ਨੂੰ ਤਾਰ ਲੈਂਦੇ ਨੇ ਅਤੇ ਦਰਗਾਹ ਦੇ ਵਿੱਚ ਪਰਮਾਤਮਾ ਦੇ ਦਰ ਦੇ ਉੱਤੇ ਉਹ ਸਤਿਕਾਰ ਪਾਉਂਦੇ ਨੇ। ਉਹ ਨਾਨਕ ਦੇ ਸੇਵ ਦੇਅਰ ਫੈਮਲੀਜ਼ ਐਂਡ ਦੇ ਆਰ ਹੋਨਰਡ ਇਨ ਦਾ ਕੋਰਟ ਆਫ ਲਾਰਡ। ਨਾਨਕ ਕੁੱਲ ਉਧਾਰ ਹੈ ਆਪਣਾ, ਦਰਗਹਿ ਪਾਵੇ ਮਾਣ ਪੌੜੀ। ਗੁਰਮੁਖ ਸਖੀਆਂ ਸਿੱਖ ਗੁਰੂ ਮੇਲਾਈਆਂ, ਇਹ ਆਪਾਂ ਰੋਜ਼ ਹੀ ਅਰਦਾਸ ਕਰਦੇ ਹਾਂ ਸਤਿਗੁਰੂ ਜੀ ਹੱਥ ਜੋੜ ਕੇ, ਦੋਨੇ ਵਕਤ ਜਾਂ ਐਨੀ ਟਾਈਮ ਜਦੋਂ ਆਪਾਂ ਕਿਤੇ ਅਰਦਾਸ ਵਿੱਚ ਜੁੜਦੇ ਹਾਂ ਤੇ ਇਹ ਅਖੀਰਲੇ ਸ਼ਬਦ ਹੁੰਦੇ ਨੇ, ਸਹੀ ਪਿਆਰੇ ਮੇਲ ਜਿਨ੍ਹਾਂ ਦੇ ਮਿਲਿਆ ਤੇਰਾ ਨਾਮ ਚਿੱਤੇ ਆਵੇ। ਇਹੋ ਜਿਹੇ ਗੁਰਮੁਖ ਪਿਆਰਿਆਂ ਨਾਲ ਸੱਚੇ ਪਾਤਸ਼ਾਹ ਮੇਲ ਮਿਲਾ, ਜਿਨ੍ਹਾਂ ਦੇ ਮਿਲਣ ਕਰਕੇ ਤੇਰੀ ਯਾਦ ਆਵੇ, ਤੇਰਾ ਪਿਆਰ ਬਣੇ, ਤੇਰਾ ਨਾਮ ਚਿੱਤੇ ਆਵੇ। ਅਤੇ ਗੁਰਮੁਖ ਸਖੀਆਂ ਸਿੱਖ ਗੁਰੂ ਮੇਲਾਈਆਂ, ਗੁਰੂ ਨੇ ਹੁਣ ਕਿਰਪਾ ਕੀਤੀ ਹੈ, ਦ ਗੁਰੂ ਯੂਨਾਈਟਸ ਹਿਜ ਸਿੱਖਸ ਹਿਜ ਡਿਵੋਟੀਜ਼, ਦ ਗੁਰਮੁਖ ਵਿਦ ਦਾ ਲਾਰਡ। ਗੁਰਮੁਖ ਸਖੀਆਂ ਸਿੱਖ ਗੁਰੂ ਮਿਲਾਈਆਂ, ਸਤਿਗੁਰ ਨੇ ਗੁਰਮੁਖ ਪਿਆਰਿਆਂ ਦਾ ਹੁਣ ਮੇਲ ਮਿਲਾਪ ਕਰਵਾ ਦਿੱਤਾ ਹੈ ਅਤੇ ਉਹਨਾਂ ਦੇ ਵਿੱਚੋਂ ਸਤਿਗੁਰ ਨੇ ਹੋਰ ਕੀ ਕਿਰਪਾ ਕੀਤੀ ਹੈ, ਇੱਕ ਸੇਵਕ ਗੁਰਪਾਸ ਇੱਕ ਗੁਰ ਕਾਰੇ ਲਾਈਆਂ। ਉਹ ਕਈਆਂ ਨੂੰ ਸਤਿਗੁਰੂ ਆਪਣੇ ਕੋਲ ਬਿਠਾ ਲੈਂਦਾ ਹੈ, ਕਿਸੇ ਰੂਪ ਦੇ ਵਿੱਚ ਵੀ ਬਿਠਾ ਲਵੇ। ਹੁਣ ਮੈਂ ਇੱਥੇ ਮੈਨਸ਼ਨ ਨਾ ਕਰਾਂ, ਫਿਰ ਕਹਿਣਾ ਜੀ ਕੀਰਤਨੀਏ ਆ, ਉਹ ਹੈ ਇਹ ਹੈ। ਤਾਂ ਇੱਕ ਸੇਵਕ ਗੁਰਪਾਸ ਕਿਸੇ ਨੂੰ ਉਹ ਸੰਗਤ ਰੂਪ ਦੇ ਵਿੱਚ ਆਪਣੇ ਕੋਲ ਬਿਠਾ ਲੈਂਦਾ ਹੈ, ਕਿਸੇ ਨੂੰ ਸੇਵਾਦਾਰ ਦੇ ਰੂਪ ਦੇ ਵਿੱਚ ਉਹ ਬਿਠਾ ਲੈਂਦਾ ਹੈ। ਇੱਕ ਸੇਵਕ ਗੁਰਪਾਸ ਇੱਕ ਗੁਰ ਕਾਰੇ ਲਾਈ ਆ, ਅਤੇ ਉਹ ਕਈਆਂ ਨੂੰ ਫਿਰ ਸਤਿਗੁਰੂ ਹੋਰ ਪਾਸੇ ਕਿਤੇ ਕਿਰਤ ਕਿਤੇ ਕੰਮੇ ਲਾ ਦਿੰਦਾ, ਬਈ ਤੂੰ ਆਹ ਕੰਮ ਕਰ, ਜਿਸ ਤਰ੍ਹਾਂ ਆਪਾਂ ਕੱਲ੍ਹ ਦੇ ਹੁਕਮ ਦੇ ਵਿੱਚ ਵੀ ਇਹ ਵਿਚਾਰਿਆ ਸੀ ਕਿ ਮਾਲਕ ਨੇ ਡਾਕਟਰ ਵੀ ਬਣਾਉਣੇ ਨੇ, ਉਹਨੇ ਇੰਜੀਨੀਅਰ ਵੀ ਬਣਾਉਣੇ ਨੇ, ਉਹਨੇ ਸਾਇੰਟਿਸਟ ਵੀ ਬਣਾਉਣੇ ਨੇ, ਉਹਨੇ ਕੀਰਤਨੀਏ ਵੀ ਬਣਾਉਣੇ ਨੇ, ਉਹਨੇ ਸੇਵਾਦਾਰ ਵੀ ਬਣਾਉਣੇ ਨੇ, ਉਹਨੇ ਪ੍ਰਬੰਧਕ ਵੀ ਬਣਾਉਣੇ ਨੇ। ਔਰ ਉਸ ਮਾਲਕ ਨੇ ਸਤਸੰਗਤ ਨੂੰ ਵੀ ਇਤਨੀ ਵੱਡੀ ਪੇਸ਼ੀਅੰਸ, ਇਤਨਾ ਵੱਡਾ ਸਬਰ ਦੇਣਾ। ਦੇਖੋ ਕੀਰਤਨੀਆਂ ਕੋਈ 2 ਘੰਟੇ ਕੀਰਤਨ ਕਰਦਾ ਅਤੇ ਸੰਗਤ ਦੇਖੋ ਕਿੰਨਾ, 2 ਘੰਟੇ ਬੈਠ ਕੇ ਸੁਣਨਾ, ਬਹੁਤ ਵੱਡੀ ਸੈਕਰੀਫਾਈਸ ਹੈ, ਬਹੁਤ ਵੱਡੀ ਪੇਸ਼ੀਅੰਸ ਹੈ ਸਤਸੰਗਤ ਦੀ। ਇਸੇ ਕਰਕੇ ਕਹਿੰਦੇ ਗੁਰੂ ਦੀ ਸੰਗਤ ਮਹਾਨ ਹੁੰਦੀ ਹੈ, ਗੁਰੂ ਦੀ ਸੰਗਤ ਇੱਕ ਜੱਜ ਹੁੰਦੀ ਹੈ, ਔਰ ਪਿਆਰ ਨਾਲ ਬੈਠ ਕੇ ਉਹ ਸੁਣਦੇ ਨੇ। ਤਾਂ ਮੇਰੇ ਸਤਿਗੁਰੂ ਜੀ ਕਹਿੰਦੇ ਇੱਕ ਸੇਵਕ ਗੁਰਪਾਸ ਇੱਕ ਗੁਰਕਾਰੈ ਲਾਈ ਆ, ਦੀ ਗੁਰੂ ਕੀਪ ਸਮ ਆਫ ਦੈਮ ਵਿਦ ਹਿਮਸੈਲਫ ਐਂਡ ਇੰਗੇਜਸ ਅਦਰਸ ਇਨ ਹਿਜ ਸਰਵਿਸ। ਜਿੰਨਾ ਗੁਰ ਪਿਆਰਾ ਮਨ ਚਿੱਤ
ਤੇ ਨਾ ਭਾਓ ਗੁਰੂ ਦੀ ਵਾਹੀਆ। ਜਿਨ੍ਹਾਂ ਦੇ ਮਨ ਵਿੱਚ ਗੁਰੂ ਦਾ ਪਿਆਰ ਵੱਸਦਾ ਹੈ, ਗੁਰੂ ਵੱਸਦਾ ਹੈ ਅਤੇ ਸਤਿਗੁਰੂ ਉਹਨਾਂ ਨੂੰ ਆਪਣਾ ਪਿਆਰ ਹੋਰ ਬਖਸ਼ ਦਿੰਦਾ ਹੈ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਸਤਿਗੁਰੂ ਉਹਨਾਂ ਨੂੰ ਹੋਰ ਪਿਆਰ ਬਖਸ਼ਦੇ ਨੇ, ਫਿਰ ਇੱਥੋਂ ਤੱਕ ਵੀ ਮਾਣ ਬਖਸ਼ਦੇ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਜਿੰਨਾ ਗੁਰ ਪਿਆਰਾ ਮਨ ਚਿੱਤ, ਤਿੰਨਾ ਭਾਉ ਗੁਰੂ ਦੀ ਵਾਹੀਆ। ਦੋ ਜੁਫੂ ਚੈਰਿਸ਼ ਦੇਅਰ ਬਿਲਾਵਡ ਇਨ ਦੇਅਰ ਕੌਨਸ਼ੀਅਸ ਮਾਇੰਡ ਦਾ ਗੁਰੂ ਬਲੈਸਿਸ ਦੈਮ ਵਿਦ ਹਿਜ ਲਵ ਹਿਜ ਬਲੈਸਿੰਗਸ। ਗੁਰੂ ਉਹਨਾਂ ਦੇ ਉੱਤੇ ਹੋਰ ਕਿਰਪਾ ਕਰਦਾ। ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਪਾਈਆਂ। ਆਹ ਬਹੁਤ ਵੱਡੀ ਬਖਸ਼ਿਸ਼ ਹੈ ਗੁਰੂ ਦੀ, ਇੱਕ ਸਤਸੰਗੀ ਦੇ ਉੱਤੇ, ਇੱਕ ਸਿੱਖ ਦੇ ਉੱਤੇ, ਇੱਕ ਗੁਰੂ ਪਿਆਰੇ ਦੇ ਉੱਤੇ, ਇੱਕ ਸੇਵਕ ਦੇ ਉੱਤੇ। ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਪਾਈਆਂ। ਕਿਸੇ ਰਾਜੇ ਨੂੰ ਪੁੱਛੀਏ, ਇਹ ਤੇਰੇ ਦੋ ਪੁੱਤਰ ਨੇ, ਤੇਰੇ ਚਾਰ ਪੁੱਤਰ ਨੇ, ਅਤੇ ਇੱਧਰ ਸਾਡੇ ਪਬਲਿਕ ਦੇ ਵੀ ਬੈਠੇ ਬੱਚੇ। ਹੁਣ ਉਹ ਆਪਣੇ ਪੁੱਤਰਾਂ ਨੂੰ ਜ਼ਿਆਦਾ ਪਿਆਰ ਕਰੇਗਾ ਅਤੇ ਆਪਣੇ ਦੂਸਰਿਆਂ ਨੂੰ ਘੱਟ ਕਰੇਗਾ। ਪਰ ਇਹ ਗੁਰੂ ਘਰ ਦੀ ਵਡਿਆਈ ਹੈ। ਗੁਰੂ ਨੇ ਆਪਣੇ ਸੇਵਕ ਨੂੰ ਮਾਣ ਬਖਸ਼ਿਆ, ਗੁਰੂ ਨੇ ਸੇਵਾਦਾਰ ਨੂੰ ਮਾਣ ਬਖਸ਼ਿਆ। ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ਵਿੱਚ ਜਦੋਂ ਬਾਬਾ ਲਹਿਣਾ ਜੀ ਜਾਂਦੇ ਨੇ, ਕੈਸਾ ਮਾਣ ਬਖਸ਼ਿਆ। ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਪਾਸ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਇੱਕ ਸਿੱਖ ਬਣ ਕੇ ਜਾਂਦੇ ਨੇ, ਕੈਸਾ ਮਾਣ ਬਖਸ਼ਿਆ। ਗੁਰੂ ਅਮਰਦਾਸ ਸਾਹਿਬ ਜੀ ਦੀ ਗੋਦ ਵਿੱਚ ਰਹਿ ਕੇ, ਉਹਨਾਂ ਦੀ ਹਜ਼ੂਰੀ ਵਿੱਚ ਰਹਿ ਕੇ ਗੁਰੂ ਰਾਮਦਾਸ ਸਾਹਿਬ ਜੀ ਨੇ ਸੇਵਾ ਕਮਾਈ ਅਤੇ ਕੈਸਾ ਮਾਣ ਬਖਸ਼ਿਆ। ਗੁਰੂ ਅਰਜਨ ਦੇਵ ਜੀ ਕੇਵਲ ਇਹ ਨਹੀਂ ਸਰ ਸਮਝਦੇ ਕਿ ਮੈਂ ਗੁਰੂ ਰਾਮਦਾਸ ਜੀ ਦਾ ਸੁਪੁੱਤਰ ਹਾਂ, ਇੱਕ ਸਿੱਖ ਜਾਣਦੇ ਸਨ, ਇੱਕ ਸੇਵਾਦਾਰ ਬਣ ਕੇ ਚੱਲਦੇ ਸਨ, ਅਤੇ ਗੁਰੂ ਨੇ ਕੈਸਾ ਮਾਣ ਬਖਸ਼ਿਆ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਅਤੇ ਸੱਚੇ ਪਾਤਸ਼ਾਹ ਨੇ ਹੱਦ ਕਰ ਦਿੱਤੀ, ਕਮਾਲ ਕਰ ਦਿੱਤੀ ਹੈ। ਇਨ ਪੁੱਤਰਨ ਕੇ ਸੀਸ ਪਰ ਵਾਰ ਦਈਏ ਸੁੱਤ ਚਾਰ, ਚਾਰ ਮੂਹੇ ਤੋਂ ਕਿਆ ਹੋਆ ਜੀਵਤ ਕਈ ਹਜ਼ਾਰ, ਐਸਾ ਗੁਰੂ ਕਿੱਥੇ ਮਿਲੇਗਾ, ਐਸਾ ਗੁਰੂ ਕਿੱਥੇ ਮਿਲੇਗਾ। ਜੇ ਗਨੀ ਖਾਨ ਅਤੇ ਨਬੀ ਖਾਨ ਨੇ ਰਾਤ ਸੇਵਾ ਕਮਾਈ ਹੈ ਅਤੇ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਲੀਕ ਪੁੱਤਰ ਦਾ ਮਾਣ ਦਿੰਦੇ ਨੇ, ਔਰ ਰਿਟਰਨ ਜਿਵੇਂ ਆਪਾਂ ਕਹਿ ਦਈਏ ਕਿਸੇ ਕੋਰਟ ਦੇ ਵਿੱਚੋਂ ਅਸੀਂ ਕਿਸੇ ਬੱਚੇ ਨੂੰ ਅਡੋਪਟ ਕਰਕੇ ਲਿਆਉਂਦੇ, ਸਾਡੇ ਕੋਲ ਰਾਈਟਸ ਹੁੰਦੇ ਨੇ, ਸਾਡੇ ਕੋਲ ਹੱਕ ਹੁੰਦਾ ਹੈ। ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਭਾਈ ਗਨੀ ਖਾਨ ਅਤੇ ਨਵੀਂ ਖਾਨ ਨੂੰ ਮਾਣ ਬਖਸ਼ਿਆ ਨਾ, ਅਤੇ ਸਤਿਗੁਰੂ ਕਹਿੰਦੇ ਨੇ ਗਨੀ ਖਾਨ ਤੁਸੀਂ ਸਾਡੇ ਪੁੱਤਰਾਂ ਵਰਗੇ ਹੋ। ਮਹਾਰਾਜ ਅਸੀਂ ਤਾਂ ਮੁਸਲਮਾਨ ਹਾਂ, ਸਾਨੂੰ ਕੌਣ ਪਛਾਣੇਗਾ, ਅਸੀਂ ਗਰੀਬ ਵੀ ਹਾਂ, ਅਸੀਂ ਮੁਸਲਮਾਨ ਹਾਂ, ਅਤੇ ਜਾਤ ਪਾਤ ਦੇ ਵਿਤਕਰੇ, ਧਰਮਾਂ ਦੇ ਝਗੜੇ ਛੇੜੇ ਸਾਨੂੰ ਤੋਂ। ਅਤੇ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨਹੀਂ, ਆਪਣੀ ਜੇਬ ਦੇ ਵਿੱਚੋਂ ਪੇਪਰ ਲੈ ਕੇ ਕਲਮ ਦੇ ਨਾਲ ਪੈੱਨ ਦੇ ਨਾਲ ਹਜ਼ੂਰ ਨੇ ਲਿਖੇ ਇਹ ਪਵਿੱਤਰ ਸ਼ਬਦ, ਗਨੀ ਖਾਨ ਨਵੀ ਖਾਨ ਜੋ ਹੈ ਇਹ ਸਾਡੇ ਲੀਕ ਪੁੱਤਰ ਹੈਨ, ਮੇਰਾ ਪੰਥ ਮੇਰਾ ਖਾਲਸਾ ਇਹਨਾਂ ਨੂੰ ਮਾਣ ਬਖਸ਼ਦਾ ਰਹੇਗਾ। ਔਰ ਜਿਸ ਵਕਤ ਭਾਈ ਗਨੀ ਖਾਨ ਅਤੇ ਨਵੀ ਖਾਨ ਜੀ ਆਪਣੇ ਘਰ ਜਾਂਦੇ ਨੇ ਨਾ, ਅਤੇ ਅੱਗੋਂ ਇਹਨਾਂ ਦੀ ਬੇਟੀ ਨਿਕਲੀ ਹੈ, ਬੜੇ ਪਿਆਰ ਨਾਲ ਪੁੱਛਦੀ ਹੈ, ਅਬੂ ਗੁਰੂ ਜੀ ਨੂੰ ਕਿੱਥੇ ਛੱਡ ਕੇ ਆਏ ਹੋ, ਉਸ ਬਾਬਾ ਜੀ ਨੂੰ ਕਿੱਥੇ ਛੱਡ ਕੇ ਆਏ ਹੋ। ਅਤੇ ਉਹ ਕਹਿੰਦੇ ਨੇ ਕਿ ਅਸੀਂ ਬਹੁਤ ਅੱਛੀ ਜਗ੍ਹਾ 'ਤੇ ਉਹਨਾਂ ਨੂੰ ਪਹੁੰਚਾ ਕੇ ਆਏ ਹਾਂ। ਤਾਂ ਗਨੀ ਖਾਨ ਨਬੀ ਖਾਨ ਨੇ ਪੇਪਰ ਵਿਖਾਇਆ, ਕਹਿਣ ਲੱਗੇ ਆਹ ਦੇਖ ਸਾਨੂੰ ਗੁਰੂ ਨੇ ਕੈਸੀ ਬਖਸ਼ਿਸ਼ ਕੀਤੀ। ਕਹਿਣ ਲੱਗੀ ਬੇਟੀ ਕੀ, ਕਹਿੰਦੇ ਨੇ ਸਾਨੂੰ ਗੁਰੂ ਸਾਹਿਬ ਜੀ ਨੇ ਆਪਣਾ ਪੁੱਤਰ ਬਣਾ ਲਿਆ, ਆਹ ਲਿਖ ਕੇ ਦਿੱਤਾ ਜੀ, ਆਹ ਲਿਖ ਕੇ ਦਿੱਤਾ ਹੈ ਕਿ ਗਨੀ ਖਾਨ ਨਬੀ ਖਾਨ ਜੋ ਹੈਨ ਇਹ ਸਾਡੇ ਲੇਖ ਪੁੱਤਰ ਹਨ। ਤਾਂ ਬੇਟੀ ਕਹਿੰਦੀ ਮੇਰੇ ਵਾਸਤੇ ਅੱਬੂ ਨੇ ਕੀ ਕਿਹਾ, ਉਸ ਗੁਰੂ ਜੀ ਨੇ ਮੇਰੇ ਵਾਸਤੇ ਕੀ ਕਿਹਾ, ਮੈਨੂੰ ਕੀ ਬਣਾਇਆ। ਹੁਣ ਲਿਖਿਆ ਤਾਂ ਕੁਛ ਨਹੀਂ ਸੀ, ਵਜਦ ਦੇ ਵਿੱਚ ਆ ਕੇ, ਪਿਆਰ ਦੇ ਵਿੱਚ ਆ ਕੇ ਗਨੀ ਖਾਨ ਕਹਿਣ ਲੱਗਾ ਅਸੀਂ ਗੁਰੂ ਦੇ ਪੁੱਤਰ ਅਤੇ ਤੂੰ ਗੁਰੂ ਦੀ ਪੋਤਰੀ, ਬਸ ਗੁਰੂ ਪਿਆਰਿਓ ਐਸਾ ਮਾਣ ਅੱਜ ਪੰਥ ਨੇ ਬਖਸ਼ਿਆ ਹੈ। ਕੋਈ ਅੰਮ੍ਰਿਤ ਪਾਨ ਕਰਕੇ ਸਿੰਘ ਗੁਰੂ ਦਾ ਸਪੁੱਤਰ ਹੋਣ ਦਾ ਮਾਣ ਪ੍ਰਾਪਤ ਕਰਦਾ ਹੈ।
ਕੋਈ ਅੰਮ੍ਰਿਤਪਾਨ ਕਰਦੀ ਹੈ ਜਦੋਂ ਭੈਣ ਤੇ ਉਸ ਨੂੰ ਗੁਰੂ ਦੀ ਸਪੁੱਤਰੀ ਦਾ ਮਾਣ ਪ੍ਰਾਪਤ ਹੁੰਦਾ ਹੈ। ਇੱਕੋ ਇੱਕ ਪੰਥ ਦੇ ਅੰਦਰ ਮਾਣ ਹੈ ਪੋਤਰੀ ਦਾ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪੋਤਰੀ ਹੈ ਤੇ ਉਹ ਗੰਦੀ ਖਾਨ ਦੀ ਬੇਟੀ ਹੈ, ਉਹਨੂੰ ਇਹ ਮਾਣ ਮਿਲਿਆ ਹੈ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾ ਪੁੱਤਾਂ ਭਾਈਆਂ। ਦਾ ਗੁਰੂਜ਼ ਲਵਸ ਆਲ ਆਫ ਹਿਜ਼ ਗੁਰਸਿੱਖ ਸੇਵਾਦਾਰ ਡਿਵੋਟੀਜ ਕੰਗਰੀਗੇਸ਼ਨ ਇਕੁਅਲ ਵੈਲ, ਇਕੁਅਲੀ ਵੈਲ ਲਾਈਕਸ ਫਰੈਂਡ ਚਿਲਡਰਨ ਐਂਡ ਸਿਵਲਿੰਗਸ। ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ। ਫਿਰ ਸਤਿਗੁਰੂ ਕਹਿੰਦੇ ਨੇ ਜੇ ਐਸਾ ਪਿਆਰ ਮੰਨਣਾ ਨਾ ਗੁਰੂ ਪਿਆਰਿਓ, ਤਾਂ ਗੁਰੂ ਦਾ ਅਸੀਸ ਲੈਣੀ ਹੈ। ਗੁਰੂ ਨੂੰ ਐਸੀ ਆਪਾਂ ਗਲਵਕੜੀ ਵਿੱਚ ਗੁਰੂ ਦੀ ਜਾਣੀ ਚਾਹੁੰਦੇ ਹਾਂ। ਅਤੇ ਸਤਿਗੁਰੂ ਕਹਿੰਦੇ ਗੁਰ ਸਤਿਗੁਰ ਬੋਲੋ ਸਭ ਗੁਰ ਆਖ ਗੁਰੂ ਜੀਵਾਈਆਂ। ਫਿਰ ਕਹਿੰਦੇ ਨੇ ਹਜ਼ੂਰ ਫਿਰ ਸਾਰੇ ਗੁਰੂ ਗੁਰੂ ਕਰੋ, ਵਾਹਿਗੁਰੂ ਵਾਹਿਗੁਰੂ ਕਰੋ, ਗੁਰੂ ਨਾਨਕ ਕਰੋ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਨਾਮ ਜਪੋ, ਉਹਨਾਂ ਨੂੰ ਕਹੋ ਦਸਤਾਰ ਸਜਾ ਕੇ ਸੱਚੇ ਪਾਤਸ਼ਾਹ ਆ ਤੇਰਾ ਤਾਜ ਬਖਸ਼ਿਆ ਹੋਇਆ। ਸਤਿਗੁਰੂ ਭੈਣਾਂ ਦੁਪੱਟਾ ਲੈਣ ਕੰਘਾ ਕਰਕੇ ਕਹਿਣ ਕਲਗੀਧਰ ਪਾਤਸ਼ਾਹ ਇਹ ਤੂੰ ਸਾਨੂੰ ਮਾਣ ਬਖਸ਼ੇ। ਬੱਚਿਆਂ ਦੇ ਕੇਸ ਕਰੀਏ ਜਦੋਂ ਸਵੇਰੇ, ਕੰਘਾ ਕਰੀਏ, ਦਸਤਾਰ ਸਜਾਈਏ ਤੇ ਕਹੀਏ ਸਤਿਗੁਰੂ ਤੇਰਾ ਸ਼ੁਕਰ ਹੈ ਤੂੰ ਸਾਨੂੰ ਇਹ ਲਾਲ ਬਖਸ਼ੇ ਨੇ, ਇਹ ਤੇਰੇ ਨੇ, ਸਾਨੂੰ ਤੂੰ ਸੇਵਾ ਬਖਸ਼ੀ ਹੈ। ਤੇ ਫਿਰ ਦੇਖੋ ਗੁਰੂ ਦੀ ਰਹਿਮਤ ਕੈਸੀ ਹੁੰਦੀ ਹੈ, ਗੁਰੂ ਦਾ ਕੈਸਾ ਪਿਆਰ ਮਿਲਦਾ ਗੁਰੂ ਪਿਆਰਿਓ। ਫਿਰ ਸਤਿਗੁਰੂ ਕਹਿ ਰਹੇ ਨੇ ਗੁਰੂ ਅਮਰਦਾਸ ਸਾਹਿਬ ਜੀ, ਗੁਰ ਸਤਿਗੁਰ ਬੋਲੋ ਸਭ ਗੁਰ ਆਖ ਗੁਰੂ ਜੀਵਾਈਆ। ਇਉਂ ਫਿਰ ਸੋਹਣਾ ਜੀਵਨ ਗੁਰੂ ਦੇ ਸਪੁੱਤਰਾਂ ਸਪੁੱਤਰੀਆਂ ਵਾਲਾ ਬਣ ਜਾਂਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਐਸੀ ਸੋਝੀ ਤੇ ਬੁੱਧੀ ਬਖਸ਼ਣ, ਅਸੀਂ ਐਸੇ ਜੀਵਨ ਨੂੰ ਲੈ ਕੇ ਗੁਰੂ ਦੀਆਂ ਇਹ ਬਖਸ਼ਿਸ਼ਾਂ ਪ੍ਰਾਪਤ ਕਰਦੇ ਰਹੀਏ। ਭੁੱਲਾਂ ਚੁੱਕਾਂ ਦੀ ਖਿਮਾ ਜੀਓ, ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਕ ਨੂਰ ਗੁਰੂ ਘਰ ਦੇ ਵੱਲੋਂ ਇੰਟਰਫੇਥ ਇੱਕ ਦੀਵਾਨ ਗੁਰੂ ਕਾ ਕੀਰਤਨ ਰੱਖਿਆ ਗਿਆ ਹੈ। ਰਮਾਦਾਨ ਚੱਲ ਰਹੇ ਹਨ ਅਤੇ ਉਹਨਾਂ ਸੱਜਣਾਂ ਨੇ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰਨੀਆਂ। ਫਿਰ ਗੁਰੂ ਕੇ ਲੰਗਰ ਸਾਂਝੇ ਬੈਠ ਕੇ ਜੋ ਗੁਰੂ ਨਾਨਕ ਦੀ ਇਹ ਪ੍ਰਥਾ ਅਸੀਂ ਮਾਣ ਕਰਦੇ ਹਾਂ, ਗੁਰੂ ਦੇ 20 ਰੁਪਈਆਂ ਦੇ ਉੱਤੇ, ਲੰਗਰਾਂ ਦੇ ਉੱਤੇ ਅੱਜ ਮਿਲੀਅਨ ਬਿਲੀਅਨਸ ਦੇ ਵਿੱਚ ਗੁਰੂ ਕੇ ਲੰਗਰ ਚੱਲਦੇ ਨੇ। ਕੋਈ ਵੀ ਆਵੇ, ਰਾਜਾ ਆਵੇ, ਭਿਖਾਰੀ ਆਵੇ, ਅਮੀਰ ਆਵੇ, ਗਰੀਬ ਆਵੇ, ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਇਹ ਰਹਿਮਤ ਹੁੰਦੀ ਹੈ। ਲੰਗਰ ਇਕੁਐਲਿਟੀ ਦਾ ਇੱਕ ਬਹੁਤ ਵੱਡਾ ਸਬੂਤ ਹੈ। ਅਕਬਰ ਬਾਦਸ਼ਾਹ ਵਰਗੇ ਜਦੋਂ ਆ ਕੇ ਬੈਠ ਕੇ ਲੰਗਰ ਛਕਦੇ ਸਨ ਤਾਂ ਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੀ ਇੱਕ ਬਹੁਤ ਵੱਡੀ ਇਹ ਸ਼ੋਭਾ ਸੀ, ਇਹ ਵਡਿਆਈ ਸੀ। ਅਸੀਂ ਇੱਕ ਰਾਜੇ ਨੂੰ ਅਤੇ ਇੱਕ ਪਰਜਾ ਨੂੰ, ਇੱਕ ਬਾਦਸ਼ਾਹ ਨੂੰ ਅਤੇ ਇੱਕ ਆਮ ਬੰਦੇ ਨੂੰ ਵੀ ਇਕੱਠਾ ਬੈਠ ਕੇ ਵੇਖਣਾ ਚਾਹੁੰਦੇ। ਅਤੇ ਬੜਾ ਪਿਆਰ ਦਾ ਇੱਕ ਸ਼ਬਦ ਸੀ, ਪਹਿਲੇ ਪੰਗਤ ਪਾਛੇ ਸੰਗਤ। ਇਹ ਸਾਡੀ ਸਿੱਖੀ ਦਾ ਸਿਧਾਂਤ ਹੈ। ਭੁੱਲ ਚੁੱਕ ਦੀ ਖਿਮਾ ਜੀ ਸ਼ਾਮ ਦੇ ਅੱਜ 7 ਵਜੇ ਤੋਂ ਲੈ ਕਰਕੇ ਅਤੇ 8:30 ਵਜੇ ਤੱਕ ਦੀਵਾਨ ਸੱਜਣਗੇ। ਐਡਰੈਸ ਹੈ ਜੀ 4701 ਪਲਾਂਟੇਸ਼ਨ ਲੇਨ ਫਰਿਸਕੋ। ਕਿਰਪਾ ਕਰਿਓ ਸਾਰੇ ਦਰਸ਼ਨ ਦਾਰ ਬਖਸ਼ਿਓ ਅਤੇ ਗੁਰੂ ਦੀਆਂ ਅਸੀਸਾਂ ਰਲ ਮਿਲ ਕੇ ਪ੍ਰਾਪਤ ਕਰੀਏ। ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ, ਗੁਰ ਸਤਿਗੁਰ ਬੋਲੋ ਸਭ ਗੁਰ ਆਖ ਗੁਰੂ ਜੀ ਵਾਹੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।